ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਦਾਂ ਜੀ ਸਾਰੇ ਚੜ੍ਹਦੀ ਕਲਾ 'ਚੋਂ? ਅਤੇ ਅੱਜ ਸਾਡੀ ਗੁੱਡ ਮਾਰਨਿੰਗ ਹੋਈ ਹੈ ਪ੍ਰਤਾਪ ਦੇ ਨਾਲ। ਪ੍ਰਤਾਪ ਹਾਲੇ ਵੀ ਆਵਾਸੀਆਂ ਲੈਣ ਨਹੀਂ ਹੋਈ ਅਤੇ ਬਈ ਅੱਜ ਆਪਾਂ ਯੈਲੋ ਯੈਲੋ ਹੋਏ ਪਏ ਹਾਂ। ਦੁਮਾਲਾ ਵੀ ਯੈਲੋ ਹੈ ਸਾਡਾ ਅਤੇ ਸਾਡੀ ਟੀ ਸ਼ਰਟ ਵੀ ਯੈਲੋ ਹੈ, ਹੈ ਨਾ। ਅੱਜ ਦਾ ਪ੍ਰੋਗਰਾਮ ਕੀ ਹੈ ਜੀ? ਅੱਜ ਆਪਾਂ ਜਾ ਰਹੇ ਹਾਂ ਨੋਇਡਾ। ਨੋਇਡਾ ਕਿੱਥੇ ਜਾਣਾ ਹੈ? ਅੱਜ ਨੋਇਡਾ ਜਾਣਾ ਹੈ ਅਸੀਂ ਉਸਤਾਦ ਜੀ ਦੇ ਨਾਲ ਆਪਣੇ, ਕਿਉਂਕਿ ਕੱਲ੍ਹ ਉਸਤਾਦ ਜੀ ਨੇ ਸਾਨੂੰ ਬੁਲਾਇਆ ਸੀ ਅਖਾੜੇ, ਅਤੇ ਅਖਾੜੇ ਵਿੱਚ ਕੁਝ ਗੱਲਬਾਤ ਸੀਗੀ ਅਤੇ ਉਸਤਾਦ ਜੀ ਨੇ ਅੱਜ ਸਾਨੂੰ ਲੈ ਕੇ ਜਾਣਾ ਹੈ ਨੋਇਡਾ। ਨੋਇਡਾ ਵਿੱਚ ਜਿਹੜਾ ਹੈ ਸਾਡਾ ਜਿਹੜਾ ਸ਼ਸਤਰ ਵਿੱਦਿਆ ਦਾ ਕੈਂਪ ਚੱਲ ਰਿਹਾ ਹੈ ਨੋਇਡਾ ਗੁਰਦੁਆਰਾ 18 ਸੈਕਟਰ ਵਿੱਚ, ਅਤੇ ਹਰ ਸਾਲ ਉੱਥੇ ਜਿਹੜਾ ਹੈ ਉਸਤਾਦ ਜੀ ਡੇਲੀ ਛੁੱਟੀਆਂ ਦੇ ਅੰਦਰ ਉੱਥੇ ਜਾ ਕੇ ਬੱਚਿਆਂ ਨੂੰ ਜਿਹੜਾ ਸ਼ਸਤਰ ਵਿੱਦਿਆ ਸਿਖਾਉਂਦੇ ਨੇ, ਅਤੇ ਲਾਸਟ ਵਾਲੇ ਦਿਨ ਜਿਹੜਾ ਹੁੰਦਾ ਉੱਥੇ ਕੰਪੀਟੀਸ਼ਨ ਵੀ ਹੁੰਦਾ ਬੱਚਿਆਂ ਦਾ, ਪੇਰੈਂਟਸ ਵਗੈਰਾ ਵੀ ਬਹੁਤ ਸਾਰੇ ਆਉਂਦੇ ਆ, ਅਤੇ ਅੱਜ ਸਾਨੂੰ ਉੱਥੇ ਨੋਇਡਾ ਜਾਣਾ ਪਏਗਾ। ਅਤੇ ਚੱਲਦੇ ਹਾਂ, ਉਸਤਾਦ ਜੀ ਸਾਡਾ ਕਰ ਰਿਹਾ ਵੇਟ, ਠੀਕ ਹੈ, ਅਤੇ ਮਿਲਦੇ ਹਾਂ ਉਸਤਾਦ ਜੀ ਦੇ ਘਰ ਪਹੁੰਚ ਕੇ ਅਤੇ ਉਸਤਾਦ ਜੀ ਦੇ ਨਾਲ ਚੱਲਦੇ ਹਾਂ। ਅਗਰ ਹਾਂ, ਵੈਸੇ ਮੈਂ ਥੋੜ੍ਹਾ ਜਿਹਾ ਲੇਟ ਚੱਲ ਰਿਹਾ, ਅਗਰ ਉਸਤਾਦ ਜੀ ਗਲਤੀ ਨਾਲ ਨਿਕਲ ਗਏ, ਠੀਕ ਹੈ, ਤਾਂ ਫਿਰ ਆਪਾਂ ਡਾਇਰੈਕਟ ਚੱਲਾਂਗੇ ਨੋਇਡਾ ਵਿੱਚ, ਅਤੇ ਨੋਇਡਾ ਮਿਲਾਂਗੇ ਆਪ ਜੀ ਨੂੰ ਸਾਰਿਆਂ ਨੂੰ। ਅਤੇ ਚੱਲਦੇ ਹਾਂ। ਪ੍ਰਤਾਪ ਕੌਰ ਜੀ, ਤੁਸੀਂ ਤਿਆਰ ਹੋ ਕੇ ਆਪਣੇ ਗੁਰਮਤ ਕੈਂਪ ਵਿੱਚ ਜਾਓ, ਹੈ ਨਾ? ਓਕੇ, ਚਲੋ। ਪ੍ਰਤਾਪ ਵੀ ਜਿਹੜਾ ਹੈ ਆਪਣੇ ਸਾਹਮਣੇ ਵਾਲੇ ਗੁਰਦੁਆਰੇ ਵਿੱਚ ਉੱਥੇ ਜਾ ਕੇ ਗੁਰਮਤ ਕੈਂਪ ਉੱਥੇ ਪੰਜਾਬੀ ਸਿੱਖ ਰਹੀ ਹੈ। ਪੰਜ ਪਿਆਰਿਆਂ ਦੇ ਨਾਮ, ਚਾਰ ਸਾਹਿਬਜ਼ਾਦਿਆਂ ਦੇ ਨਾਮ, ਪੰਜ ਕਕਾਰਾਂ ਦੇ ਨਾਮ। ਹਾਂਜੀ, ਹਾਂ, ਠੀਕ ਹੈ, ਓਕੇ। ਅਤੇ ਪ੍ਰਤਾਪ ਜਿਹੜਾ ਇਹਦਾ ਇੱਦਾਂ ਦੀਆਂ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਨੇ, ਇਤਿਹਾਸਕ ਚੀਜ਼ਾਂ ਨੇ, ਉਹ ਸਿੱਖ ਰਹੀ ਹੈ। ਸਾਡੇ ਇੱਥੇ ਵੀ ਆਜ਼ਾਦ ਨਗਰ ਗੁਰਦੁਆਰੇ ਵੀ ਗੁਰਮਤਿ ਕੈਂਪ ਲੱਗਦਾ। ਪਿਛਲੇ ਸਾਲ ਵੀ ਪ੍ਰਤਾਪ ਰਕਾਬਗੰਜ ਗੁਰਦੁਆਰੇ ਸਾਹਿਬ ਗਈ ਸੀ ਅਤੇ ਉੱਥੇ ਪ੍ਰਤਾਪ ਨੇ ਮੂਲ ਮੰਤਰ ਸੁਣਾਇਆ ਸੀਗਾ ਪੂਰਾ ਮਾਈਕ 'ਤੇ, ਅਤੇ ਉਹਦੀ ਵੀਡੀਓ ਬਹੁਤ ਵਾਇਰਲ ਵੀ ਹੋਈ ਸੀਗੀ। ਅਤੇ ਚੱਲਦੇ ਹਾਂ, ਆਪਾਂ ਲੇਟ ਹੋ ਰਹੇ ਹਾਂ, ਦਰਬਾਰ ਦੇ ਦਰਸ਼ਨ ਕਰਾਉਂਦੇ ਹਾਂ। ਅਤੇ ਦਰਬਾਰ ਵਿੱਚ ਇੱਕ ਤੁਹਾਡੇ ਲਈ ਸਾਰਿਆਂ ਲਈ ਸਰਪ੍ਰਾਈਜ਼ ਹੈ। ਸਰਪ੍ਰਾਈਜ਼ ਕੀ ਹੈ? ਚਲੋ ਚੱਲਦੇ ਹਾਂ ਅਤੇ ਦਿਖਾਉਂਦੇ ਹਾਂ। ਆ ਜਾਓ ਜੀ, ਆ ਜਾਓ, ਆ ਜਾਓ, ਆ ਜਾਓ, ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਕਰੋ ਜੀ ਦਰਸ਼ਨ, ਅਤੇ ਆਹ ਦੇਖੋ ਜੀ ਦਰਬਾਰ ਵਿੱਚ ਇੱਕ ਨਵਾਂ ਚੰਦੋਆ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ ਹਾਜ਼ਰ ਹੋਇਆ ਜੀ। ਇਹ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਆਈ ਹੈ, ਅਤੇ ਕਰੋ ਦਰਸ਼ਨ ਮੇਲੇ। ਆ ਜਾਓ, ਹਾਂਜੀ, ਕੀ ਲਿਆਇਓ ਦਿਖਾਓ? ਆ ਨਾ ਪ੍ਰਤਾਪ ਲੈ ਕੇ ਘੁੰਮ ਰਹੀ ਹੈ, ਸਾਡੇ ਇੱਥੇ ਕੰਪੀਟੀਸ਼ਨ ਹੈ। ਆਹ ਦੇਖੋ ਗੁਰਬਾਣੀ ਕੰਠ ਮੁਕਾਬਲਾ, ਅਤੇ ਇਹਦੇ ਵਿੱਚ ਛੋਟੇ ਬੱਚੇ ਵੱਡੇ ਬੱਚੇ, 3 ਸਾਲ ਤੋਂ 8 ਸਾਲ ਦੇ ਬੱਚਿਆਂ ਲਈ ਵੀ ਕੰਪੀਟੀਸ਼ਨ ਹੈ ਖੁੱਲ੍ਹਾ। 9 ਸਾਲ ਤੋਂ 15, 15 ਤੋਂ ਫਿਰ ਆ ਕੇ 16 ਤੋਂ 21, ਅਤੇ ਇਹਦੇ ਵਿੱਚ ਦੇਖੋ ਕਿੰਨੇ ਸਾਰੇ ਜਿਹੜੇ ਹੈ ਤੁਹਾਨੂੰ ਇਨਾਮ ਗਿਫਟ ਵੀ ਦਿੱਤੇ ਜਾਣਗੇ, ਸਾਈਕਲ, ਵਾਚ, ਟੋਰਚ, ਹੈ ਨਾ, ਫੋਨ, ਹੈ ਨਾ, ਬੜਾ ਕੁਛ ਹੈ। ਅਤੇ ਬੱਚਿਆਂ ਵਾਸਤੇ ਹੈ 3 ਸਾਲ ਤੋਂ 8 ਸਾਲ ਦੇ ਬੱਚਿਆਂ ਵਾਸਤੇ ਹੈ 5 ਪੌੜੀਆਂ ਜਪਜੀ ਸਾਹਿਬ, ਨਾਮ 5 ਪਿਆਰਿਆਂ ਦੇ, 4 ਸਾਹਿਬਜ਼ਾਦਿਆਂ ਦੇ, 10 ਗੁਰੂਆਂ ਅਤੇ ਦਿੱਲੀ ਦੇ ਇਤਿਹਾਸਕ 10 ਗੁਰਦੁਆਰੇ। ਆਹ ਦੇਖੋ ਜੀ, ਇਹ ਸਾਡੇ ਇੱਥੇ ਝੀਲ ਵਿੱਚ ਜਿਹੜਾ ਕਰਾਇਆ ਜਾ ਰਿਹਾ, ਅਤੇ ਆਹ ਸਕੈਨਰ ਹੈ ਇਹਦਾ, ਅਤੇ ਆਹ ਐਡਰੈਸ ਵਗੈਰਾ ਹੈਗਾ। ਅਤੇ ਇਹ ਹੋ ਰਿਹਾ ਜੀ 17 ਜੂਨ ਰਾਤ 8 ਵਜੇ ਕੀਤਾ ਜਾਵੇਗਾ, ਹੈ ਨਾ। ਅਤੇ ਆਹ ਤੁਸੀਂ ਆ ਸਕਦੇ ਹੋ, ਦੇਖ ਸਕਦੇ ਹੋ ਤੁਸੀਂ ਸਾਰਾ ਕੁਛ। ਅਤੇ ਚੱਲਦੇ ਹਾਂ, ਆਪਾਂ ਲੇਟ ਹੋ ਰਹੇ ਹਾਂ, ਆਪਾਂ ਹੋ ਗਏ ਹਾਂ ਲੇਟ। ਮੈਨੂੰ ਇਹ ਹੈਗਾ ਉਸਤਾਦ ਜੀ ਨਾ ਨਿਕਲ ਗਏ ਹੁਣ, ਬਸ ਅਗਰ ਉਸਤਾਦ ਜੀ ਨਿਕਲ ਗਏ ਫਿਰ ਤਾਂ ਹੋ ਗਿਆ ਕੰਮ ਖਰਾਬ। ਬਾਕੀ ਦੇਖਦੇ ਹਾਂ ਜਿੱਦਾਂ ਵੀ ਹੈ, ਇਕੱਲੇ ਜਾਣ ਦਾ ਮਨ ਜਿਹਾ ਨਹੀਂ ਕਰੇਗਾ। ਆਹ ਕਰੋ ਜੀ ਦਰਸ਼ਨ ਆਪ ਜੀ ਗੁਰਦੁਆਰੇ ਸਾਹਿਬ ਦੇ। ਅਤ�េ ਇਹ ਗੁਰਦੁਆਰਾ ਨੋਇਡਾ ਵਿੱਚ 18 ਸੈਕਟਰ 'ਚ ਪੈਂਦਾ, ਅਤੇ ਇਹਦੀ ਜਿਹੜੀ ਬਣਾਵਟ ਹੈ ਗੁਰਦੁਆਰੇ ਦੀ ਬਿਲਡਿੰਗ ਦੀ,
ਬਿਲਕੁਲ ਹੇਮਕੁੰਡ ਸਾਹਿਬ ਜਿੱਦਾਂ ਗੁਰਦੁਆਰਾ ਸਾਹਿਬ ਬਣਿਆ ਉਸ ਜਿਵੇਂ ਤਰੀਕੇ ਨਾਲ ਇਹ ਹੇਮਕੁੰਡ ਸਾਹਿਬ ਦੀ ਕਾਪੀ ਵਿੱਚ ਇੱਕ ਗੁਰਦੁਆਰਾ ਬਣਿਆ ਅਤੇ ਇੱਥੇ ਦੀ ਕਾਫੀ ਸੰਗਤ ਕਹਿੰਦੀ ਹੈ ਇਹਨੂੰ ਗੁਰਦੁਆਰਾ ਹੇਮਕੁੰਡ ਸਾਹਿਬ ਵੀ ਇੱਦਾਂ ਕਹਿੰਦੀ ਹੈ। ਅਤੇ ਚੱਲਦੇ ਹਾਂ ਦਰਸ਼ਨ ਮੇਲੇ ਕਰਾਉਂਦੇ ਹਾਂ ਅਤੇ ਬਾਕੀ ਜਿਹੜੀ ਗੱਤਕੇ ਦੀ ਕਲਾਸ ਅੰਦਰ ਹੋਣੀ ਹੈ ਉਹ ਵੀ ਤੁਹਾਨੂੰ ਆਪਾਂ ਦਿਖਾਉਂਦੇ ਹਾਂ। ਚੱਲਦੇ ਹਾਂ ਜੀ। ਆਜੋ ਆਜੋ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਉਸਤਾਦ ਜੀ ਨੂੰ ਮਿਲਦੇ ਹੋਏ ਸਾਰੇ ਇਹ ਬੱਚੇ ਆ ਜੀ ਸਾਰੇ ਜਿਹੜੇ ਗੱਤਕੇ ਦੀ ਪ੍ਰੈਕਟਿਸ ਕਰ ਰਹੇ ਇੱਥੇ ਕੈਂਪ ਵਿੱਚ। ਉਸਤਾਦ ਜੀ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੇਖੋ ਕਿਵੇਂ ਟ੍ਰੀਟ ਕਰ ਰਹੇ ਆ ਅਤੇ ਇੱਥੇ ਪੈਦਲਾ ਸਿਖਾਇਆ ਜਾ ਰਿਹਾ ਇਹ ਫਤਿਹਨਾਮਾ ਦਿੱਤਾ ਜਾ ਰਿਹਾ ਜੀ। ਇਹ ਨੋਇਡਾ ਵਿੱਚ ਦੇਖੋ ਕੈਂਪ ਲੱਗਦਾ ਗੁਰਮਤਿ ਕੈਂਪ ਅਤੇ ਇੱਥੇ ਵੱਖਰੇ ਵੱਖਰੀ ਆਪਣੀਆਂ ਕਲੋਨੀਆਂ ਵਿੱਚੋਂ ਵੱਖਰੇ ਵੱਖਰੇ ਸੈਕਟਰ ਵਿੱਚੋਂ ਜਿਹੜੇ ਆ ਬੱਚੇ ਆਉਂਦੇ ਆ ਅਤੇ ਇੱਥੇ ਆ ਕੇ ਗੁਰਮਤਿ ਕੈਂਪ ਗੱਤਕਾ ਕੈਂਪ ਸਾਰੇ ਜਿਹੜੇ ਲਗਾਏ ਜਾਂਦੇ ਆ ਅਤੇ ਇਹ ਛੋਟੇ ਛੋਟੇ ਬੱਚੇ ਦੇਖੋ ਕਿੱਦਾਂ ਸਾਰੇ ਪ੍ਰੈਕਟਿਸ ਕਰ ਰਹੇ ਆ। ਸਿੰਘ ਸਾਹਿਬ ਜੀ ਗ੍ਰੇਟ। ਗੱਲ ਕਿਰਪਾਨ ਖੇਡਣ ਤੋਂ ਪਹਿਲੇ ਜਿਹੜਾ ਪੈਦਲਾ ਕੀਤਾ ਜਾ ਰਿਹਾ ਜੀ
ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਹੁਣ ਸਾਰੇ ਬੱਚੇ ਲੰਗਰ ਹਾਲ 'ਚ ਪਹੁੰਚ ਗਏ ਜੀ, ਅਤੇ ਇੱਥੇ ਬੱਚਿਆਂ ਨੂੰ ਜਿਹੜਾ ਲੰਗਰ ਅਵੋਇਡ ਕਰਾਇਆ ਜਾਏਗਾ ਸਾਰਾ ਕੁਛ, ਅਤੇ ਨਾਲ ਇੱਥੇ ਪਗੜੀ ਦੀ ਗਲਾਸ ਵੀ ਅੰਦਰ ਹੀ ਚੱਲਦੀ ਹੈ। ਹਾਲੇ ਸਭ ਕੁਛ ਖਤਮ ਹੋ ਚੁੱਕਿਆ ਬਾਈ, ਲੜਾਈ ਹੋ ਗਈ ਮੇਰੀ ਦੁਕਾਨ ਦੇ ਅੱਗੇ ਲੜਾਈ। ਉਹ ਦੇਖੋ ਉਹ ਲੜ ਪਏ ਕਬੂਤਰ ਲੜ ਪਏ। ਉਹ ਤੇਰੀ ਉਹ ਲੜਾਈ ਹੋ ਗਈ ਬਾਈ, ਉਹ ਤੇਰੀ ਬਾਈ ਬਚਾਉਣਾ ਪਏਗਾ। ਓਏ ਨਾਲ ਜੀ ਸਾਡੀ ਪ੍ਰਤਾਪ ਕੌਰ ਆ ਗਈ ਆ, ਉਹ ਦਾਦੂ ਬੁਲਾ ਰਹੇ ਦਾਦੂ। ਚੱਲ ਆ ਜਾ ਫਿਰ, ਆ ਜਾ ਪਤਾ ਕੀ ਖਾਣ ਵੀ ਲੈਣੀ ਆ। ਆ ਦੇਖੋ ਕਿੰਨਾ ਸਮਾਨ ਇਕੱਠਾ ਕਰਕੇ ਲਿਆਈ ਗੁਰਦੁਆਰਿਓਂ, ਆ ਜਾ। ਹੈ ਛੋਟੀ ਸਾਹਿਬ ਮਾਰੇ ਬਾਲ ਬੂਲ ਕਟਾ ਕੇ ਬੈਠੇ ਹੋਏ ਗਰਮੀ ਦੇ ਕਾਰਨ। ਹਾਂਜੀ ਚਲੋ ਫੜੋ ਆਪਣੀ ਚੀਜ਼ੀ ਫੜੋ। ਉੱਪਰ ਜਾਣਾ ਥੱਲੇ? ਹੈ ਚੱਲ ਜਾ, ਬੈਲ ਵਜਾਤੀ ਮੈਂ, ਆਰਾਮ ਨਾਲ ਜਾਈ, ਠੀਕ ਹੈ ਬਾਏ। ਚਲੋ ਜੀ ਲੈਟਸ ਗੋ। ਬੱਲੀ ਲੱਗੇ ਹੋਏ ਕਾਕੇ ਭਾਜੀ ਕੰਮ ਕਰ ਰਹੇ ਆ, ਪੰਚਰ ਲਗਾ ਰਹੇ ਗੱਡੀ ਨੂੰ। ਜੀ ਤਰਨਜੀਤ ਸਿੰਘ ਜੀ ਨੂੰ ਲੱਗ ਗਈ ਹੈ ਪਿਆਸ, ਥੰਸਅਪ ਹੈ ਵੀ ਆਧਾ ਲੀਟਰ ਮੈਂ ਹੈ ਠੰਡੀ ਦੇਣਾ ਜਰਾ ਇੱਕ। ਮਾਰੇ ਉਸਤਾਦ ਜੀ ਤਿਆਰ ਖੜਾ ਸੀਗਾ ਕਿ ਕੱਢ ਗਏ। ਅੱਜ ਅਸੀਂ ਜਾ ਰਹੇ ਹਾਂ ਮਾਰਕੀਟ, ਕਿਹੜੀ ਮਾਰਕੀਟ ਜਾ ਰਹੇ ਹਾਂ ਉਹ ਤੁਹਾਨੂੰ ਪਤਾ ਲੱਗ ਜਾਏਗਾ। ਹਾਲੇ ਖੜ੍ਹੇ ਹਾਂ ਅਸੀਂ ITO ਫਲਾਈਓਵਰ 'ਤੇ, ਅਤੇ ਆਹ ਹੈਗਾ ਬਾਊ ਆਪਣਾ ਜਿਹੜਾ ਸਾਨੂੰ ਅੱਜ ਪਿਆਏਗਾ ਪੈਪਸੀ ਥੰਸਅਪ। ਚਲੋ ਮੇਰੇ ਦੋਸਤੋ ਪਹੁੰਚ ਗਏ ਆਪਾਂ ਲੋਕੇਸ਼ਨ 'ਤੇ, ਪਾਰਕਿੰਗ ਕਿੱਥੇ ਹੈ ਔਰੀ ਲੈਟਸ ਗੋ। ਆ ਦੇਖੋ ਜੀ ਇੱਥੇ ਮਿਲਦਾ ਸਾਰਾ ਟਰੈਕਿੰਗ ਦਾ ਸਮਾਨ। ਡੀਕੈਥਲੋਨ ਕੀ ਹੈ ਲਾਈਟ? ਹਾਂ ਲਾਈਟ ਦੇਖੀਏ ਯਾਰ ਆਪਾਂ ਕਿੰਨੇ ਦੀ? ਯੇ ਵਾਲੀ 999 ਕੀ, ਇਸਮੇ ਦੋ ਲਾਈਟ ਹੈ, ਯੇ 399 ਕੀ ਹੈ। ਇਸਮੇ ਕਿਆ ਹੈ? ਇਸਮੇ ਇੱਕ ਹੀ ਲਾਈਟ ਹੈ ਵਾਈਟ। ਲੈ ਲਈ ਆਪਾਂ ਹੇਮਕੁੰਡ ਸਾਹਿਬ ਜਾਣਾ ਹੈ ਦੁਬਾਰਾ, ਅਤੇ ਡਰਾਈਵ ਹੋ ਰਹੀ ਹੈ ਹੇਮਕੁੰਡ ਸਾਹਿਬ ਨਹੀਂ ਲੱਦਾਖ ਜਾਣਾ। ਲੱਦਾਖ ਲਈ ਤਾਂ ਫਿਰ ਇੱਕ ਹੋਰ ਲੈਣੀ ਪਏਗੀ, ਡਬਲ ਲੈਣੀ ਪਏਗੀ। ਹਾਂ
ਵਾਹ ਜੀ ਵਾਹ, ਜੈਂਕੀ ਸਰਦਾਰ ਲੱਗ ਰਹੇ ਹੋ। ਓਕੇ ਰਿਪੋਰਟ ਠੀਕ ਹੈ, ਡਨ। ਓਕੇ ਵਲੌਗ ਸ਼ਾਪਿੰਗ ਕਰ ਲਈ ਹੈ ਭਾਅ ਜੀ ਨੇ। ਹਾਂਜੀ, ਅੱਜ ਅਸੀਂ ਆਏ ਸੀਗੇ ਜੀ ਕਰੋਲ ਬਾਗ ਦੀ ਕੈਥਲੋਨ ਵਿੱਚ। ਓਕੇ, ਸਾਨੂੰ ਚਾਹੀਦੀਆਂ ਸੀ ਰਾਈਡ ਵਾਸਤੇ, ਜੈਕਟ ਲੈ ਲਈ, ਗੋਗਲਸ ਲੈ ਲਈ। ਦਿਖਾ ਦਿਓ ਦਿਖਾ ਦਿਓ, ਇਹ ਜੈਕਟ ਲਿੱਤੀ ਆ। ਓ ਮਾਈ ਗੋਡ ਡੈਮ ਇਟ, ਲਾਈਟ ਕਿੱਥੇ ਗਈ? ਲਾਈਟ ਉਹ ਲਾਈਟ ਖੋ ਗਈ। ਹਾਂ ਖੋ ਗਈ। ਆਪਾਂ ਲਾਈਟ ਲਿੱਤੀ ਹੈ, ਕਿਸ ਲਈ ਲਿੱਤੀ ਹੈ ਮੈਂ ਤੁਹਾਨੂੰ ਦੱਸਾਂਗਾ, ਕਿਉਂਕਿ ਰਸਤੇ ਵਿੱਚ ਕਦੀ ਕਦਾਰ ਲੋੜ ਪੈ ਜਾਂਦੀ ਹੈ ਐਮਰਜੈਂਸੀ। ਐਮਰਜੈਂਸੀ ਵਾਸਤੇ ਇੱਕ ਟੋਰਚ ਲਿੱਤੀ ਹੈ ਜਿਹੜੀ ਆਪਣੀ ਦਸਤਾਰ ਦੇ ਉੱਪਰ ਐਵੇਂ ਲੱਗ ਜਾਏਗੀ। USB ਨਾਲ ਚਾਰਜ ਹੁੰਦੀ ਹੈ, ਸੈੱਲ ਨਹੀਂ ਪੈਂਦੇ ਬਾਬਾ ਜੀ, ਹਲਕਾ ਕੰਮ ਨਹੀਂ। ਐਡਵਾਂਸ ਲਿੱਤੀ ਆਪਾਂ ਵਿਦਆਊਟ ਸੈੱਲ ਵਾਲੀ ਲਿੱਤੀ ਹੈ, ਹਲਕਾ ਕੰਮ ਨਹੀਂ ਕਰੀਦਾ। ਬਸ ਆਹ ਉਤਰ ਰਿਹਾ ਨਾ, ਚਸ਼ਮਾ ਵੀ ਤਾਂ ਪਾਇਆ ਹੁਣ। ਹਾਂ, ਉਹਦਾ ਚਸ਼ਮਾ ਪਾ ਲਿਆ ਤੇ ਰਾਈਡਿੰਗ ਗੇਅਰ ਕਰਾਂਗੇ, ਹਵਾ ਵਗੈਰਾ ਤੇ ਨਹੀਂ ਜਾਂਦੀ। ਤੇ ਨੈਕਸਟ ਟ੍ਰਿਪ ਸਾਡਾ ਕਿਹੜਾ ਲੱਗੇਗਾ, ਜਲਦੀ ਲੱਗੇਗਾ, ਪਤਾ ਨਹੀਂ ਕਿਹੜਾ ਲੱਗੇਗਾ, ਚੱਲਦੇ ਹਾਂ। ਚਲੋ ਜੀ ਚੱਲੀਏ ਫਿਰ। ਚਲੋ ਜੀ, ਹਵਾ ਤਾਂ ਨਹੀਂ ਆ ਰਹੀ ਹੈ ਹਾਲੇ, ਚੱਲੇਗਾ ਤੇ ਪਤਾ ਨਹੀਂ ਆ ਰਹੀ। ਵੈਸੇ ਵਧੀਆ ਬਾਬਾ ਜੀ, ਤੁਸੀਂ ਚੀਜ਼ ਦਵਾਓਗੇ, ਖਰਾਬ ਥੋੜ੍ਹਾ ਦਵਾਓਗੇ। ਹੋਰ ਨਹੀਂ ਕੁਛ ਰਹਿ ਗਿਆ? ਹਾਂ ਹਾਂ, ਹੋਰ ਕੀ ਆ। ਜੈ ਹਨੂੰਮਾਨ ਗਿਆਨ ਗੁਣ ਸਾਗਰ ਅਕਾਲੂ। ਸ਼ਨੀਦੇਵ ਦਾ ਬਰਥਡੇ ਹੈ ਅੱਜ, ਸ਼ਨੀ ਮਹਾਰਾਜ ਜੀ ਦਾ ਬਰਥਡੇ ਹੈ। ਤੇ ਇੱਥੇ ਦੇਖੋ ਲੰਗਰ ਲੱਗਾ ਪਿਆ, ਲੰਗਰ ਚੱਲਦਾ ਪਿਆ ਇੱਥੇ। ਤੇ ਉਹ ਬਜਰੰਗ ਬਲੀ ਜੀ ਸਾਡੇ, ਕਰੋ ਦਰਸ਼ਨ ਵਾਲੇ, ਕਰੋ ਦਰਸ਼ਨ। ਉਹ ਮਾਰੇਗਾ 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 ਭਰਾਵਾ, ਬਣਾ ਦਿਓ ਬਾਈ। ਅਸੀਂ ਹੁਣ ਆ ਗਏ ਹਾਂ ਕਰੋਲ ਬਾਗ ਗਫਾਰ ਮਾਰਕੀਟ। ਇੱਥੇ ਹਾਲ ਦੇਖੋ ਕਿੰਨਾ ਬੁਰਾ ਯਾਰ, AC ਚੈੱਕ ਕਰੋ ਬਾਈ, AC ਹੋਏ 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 ਹੋਏ, ਕਿੱਥੇ ਕਿੱਥੇ ਲਾਏ ਹੋਏ ਆ ਬਾਈ। ਕੌਣ ਰਿਪੇਅਰਿੰਗ ਕਰੇਗਾ ਇਹਨੂੰ? ਚੰਨੀ ਤਾਂ ਨਹੀਂ ਕਰੇਗਾ ਕਦੀ ਵੀ ਬਾਈ। ਇੱਥੇ ਲਾਤੀ ਅਸੀਂ ਬਾਈਕ ਪਾਰਕਿੰਗ 'ਚ, ਅਤੇ ਹੁਣ ਮਾਰਕੀਟ ਘੁੰਮਾਂਗੇ ਜਰਾ। ਹਾਂਜੀ, ਅਤੇ ਅੱਜ ਅਸੀਂ ਘੁੰਮਾਂਗੇ ਜੀ ਗਫਾਰ ਮਾਰਕੀਟ। ਉਹ ਕਵਰ ਗਿਰ ਗਏ ਆਪਕੇ ਆਂਟੀ? ਕਵਰ ਗਿਰ ਗਏ, ਕਵਰ ਉਠਾਓ, ਕੋਈ ਹੋਰ ਗਾੜੀ ਕੇ ਨੀਚੇ ਆ ਗਏ ਸਾਰੇ ਬਾਈ। ਤਰਨਵੀਰ ਜੀ, ਉਹ AC ਚੈੱਕ ਕਰੋ ਕਿਵੇਂ ਲੱਗੇ ਹੋਏ ਆ, ਮੈਂ ਤਾਂ ਨਹੀਂ ਕਰਦਾ ਸਰਵਿਸ ਇਹਨਾਂ ਨੂੰ ਕਦੀ ਵੀ। ਅਰੇ ਉਹ ਚੈੱਕ ਕਰੋ ਜਰਨਲ ਵਾਲਾ, ਜਿਹੜਾ ਉਹ ਜਰਨਲ ਵਾਲਾ ਕਰਾਂਗੇ ਹੀ ਨਹੀਂ ਭਰਾਵਾ। ਬਾਈ ਅੱਜ ਸਾਡੀ ਘੁੰਮਾ ਘੁਮਾਈ ਹੋ ਰਹੀ ਹੈ ਕਰੋਲ ਬਾਗ ਮਾਰਕੀਟ, ਵਧੀਆ ਨਜ਼ਾਰੇ ਆਏ ਪਏ ਆ। ਅਤੇ ਆਪਾਂ ਗਫਾਰ ਵੀ ਘੁੰਮ ਲਏ, ਕਰੋਲ ਬਾਗ ਮਾਰਕੀਟ ਵੀ ਘੁੰਮ ਲਏ, ਫ੍ਰੀ ਕੈਥਲੋਨ ਵੀ ਘੁੰਮ ਲਏ, ਸ਼ੋਪਿੰਗ ਵੀ ਹੋ ਰਹੀ ਹੈ ਦਵਾ ਕੇ। ਆ ਬੈਗ ਪੂਰਾ ਭਰ ਕੇ ਲੈ ਕੇ ਜਾਣਾ ਸ਼ਾਮ ਤੱਕ ਘਰ। ਅਤੇ ਹਾਲੇ ਸਾਨੂੰ ਲੱਗ ਰਹੀ ਹੈ ਭੁੱਖ, ਅਤੇ ਅਸੀਂ ਦੇਖ ਰਹੇ ਹਾਂ ਕੁਛ ਵਧੀਆ ਹੀ ਜਗ੍ਹਾ। ਮੈਕਡੋਨਲ ਆ ਗਿਆ, ਮੈਕਡੋਨਲ ਚੱਲਦੇ ਹਾਂ, ਆ ਜਾਓ ਫਿਰ। ਮੈਕਡੋਨਲ 'ਚ ਕੀ ਖਾਓਗੇ ਉਹ ਮੈਨੂੰ ਦੱਸ ਦਿਓ, ਫਿਰ ਆਪਾਂ ਔਡਰ ਉਸੇ ਹਿਸਾਬ ਨਾਲ ਕਰਾਂਗੇ ਅੰਦਰ ਜਾ ਕੇ। ਆ ਜਾਓ ਫਟਾਫਟ, ਹੱਲੇ ਨਾਲ ਹੀ ਆ ਜਾਓ। ਮੋਏ 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 ਮੋਏ, ਆ ਗਿਆ ਜੀ ਆਪਣਾ ਲੰਚ ਡਿਨਰ ਵੁਨਰ ਜੋ ਮੰਨਣਾ ਮੰਨ ਲਓ ਔਰ ਖਾ ਲਓ ਆ ਕੇ ਬਸ। ਹਾਂਜੀ ਚਲੀਏ ਫਿਰ, ਹੁਣ ਪੇਟ ਪੂਜਾ ਵੀ ਹੋ ਗਈ ਪਿਆ ਯਾਰ। ਇੱਥੇ ਬੈਗ ਇੰਨਾ ਵੱਡਾ ਦੇ ਦਿੱਤਾ ਨਾ ਉਹਨੇ, ਮੇਰੇ ਸਿਰ ਤੋਂ ਉੱਪਰ ਨਿਕਲਣਾ ਪਿਆ। ਚਲੋ ਜੀ, ਮਿਲਦੇ ਹਾਂ ਹੁਣ ਤੁਹਾਨੂੰ ਰਸਤੇ 'ਚ। ਓਕੇ ਬਾਏ ਬਾਏ। ਇਹ ਗੱਡੀਆਂ ਦੀ ਵੀ ਮਾਰਕੀਟ ਹੈ ਬਾਬਾ ਜੀ। ਹਾਂ ਬਾਏ ਬਾਏ ਕਰੋਲ ਬਾਗ ਬਾਈ, ਬਹੁਤ ਮਜ਼ਾ ਆਇਆ ਅੱਜ ਕਰੋਲ ਬਾਗ ਸ਼ੋਪਿੰਗ ਕਰਨ ਦਾ, ਨਜ਼ਾਰੇ ਹੀ ਆ ਗਏ ਮੈਂ ਕਹਿੰਦਾ। ਨਜ਼ਾਰੇ ਬਾਬਾ ਜੀ ਫੁੱਲ ਪੂਰੇ ਪੂਰੇ। ਹਾਂਜੀ ਕਰੋ ਦਰਸ਼ਨ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਹੋ ਜੀ ਆਪਾਂ ਦਿੱਲੀ 6 ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਸਾਡੇ ਬਾਊ ਜੀ ਆ ਜਾ ਰਹੇ ਨੇ ਅੱਜ।
ਪੂਰੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੁੰਮਦੇ ਘੁੰਮਦੇ ਹੀ ਰਹਿ ਗਏ ਆਪਾਂ, 6 ਵੱਜ ਚੁੱਕੇ ਆ, 6 ਕੰਟੀਨਿਊ ਘੁੰਮਦੇ ਰਹੀਏ, ਸਾਡਾ ਪਲੈਨ ਐਵੇਂ ਦਾ ਬਣ ਰਿਹਾ, ਬਸ ਬਣ ਗਿਆ ਨਾ ਇੱਕ ਵਾਰ। ਅਕਾਲੂ ਕਰੋ ਦਰਸ਼ਨ, ਲਾਈਟਾਂ ਚੈੱਕ ਕਰੋ, ਅਕਾਲੂ ਹੋਰ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ, ਕੀ ਹਾਲ ਚਾਲ ਹੈ, ਚੜ੍ਹਦੀ ਕਲਾ ਨਿਊ ਸ਼ਾਪ ਨਾਈਸ। ਓਕੇ ਹੈ, ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਚਲੋ ਜੀ, ਤਰਨ ਬਾਈ ਤੇ ਚਲੇ ਗਏ ਜੀ ਆਪਣੇ ਘਰ ਨੂੰ। ਚਲੋ 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 ਚਲੋ, ਓਕੇ ਅਸੀਂ ਚੱਲਦੇ ਹਾਂ ਉੱਪਰ ਪ੍ਰਤਾਪ ਕੋਲ। ਕੀ ਹਾਲ ਹੈ ਬਾਈ? ਠੀਕ ਹੈ, ਚੱਲਦੇ ਹਾਂ ਉੱਪਰ ਤੇ ਪ੍ਰਤਾਪ ਨੂੰ ਮਿਲਦੇ ਹਾਂ ਤੇ ਆਪਣਾ ਜਿਹੜਾ ਜਿਹੜਾ ਸਮਾਨ ਲੈ ਕੇ ਆਏ ਹਾਂ ਉਹ ਸਾਰਾ ਸਮਾਨ ਦਿਖਾਉਂਦੇ ਹਾਂ ਇਹਨਾਂ ਨੂੰ ਚੱਲ ਕੇ। ਓ ਮਾਈ ਗੋਡ, ਲਾਈਟ ਬਾਲ ਲਓ ਬਈ, ਸਵੇਰ ਹੋ ਗਈ ਸਵੇਰ। ਕੁਲਜਾ ਸਿਮ ਸਿਮ, ਹੈਲੋ ਪ੍ਰਤਾਪ, ਹਾਊ ਆਰ ਯੂ, ਕੀ ਹਾਲ ਹੈ? ਅੱਜ ਤਾਂ ਬਹੁਤ ਕੁਝ ਲਿਆ, ਤੇਰੇ ਤੋਂ ਵੱਡਾ ਤੇ ਲਫਾਫਾ ਆ ਅੱਜ, ਤੇਰਾ ਪਰਸ ਲਿਆਇਆ, ਪਰਸ ਤੁਹਾਡੇ ਲਈ ਪਰਸ ਲੈ ਕੇ ਆਇਆ, ਤੁਹਾਡਾ ਪਰਸ ਕਿੱਥੇ ਹੈ? ਹੈਲੋ, ਇਹਨੂੰ ਖੋਲ੍ਹ ਕੇ ਦੇਖੋ ਇਹਦੇ ਅੰਦਰ ਕੀ ਹੈ। ਹਾਂ, ਚਾਰਜਰ ਹੈ ਮੇਰਾ, ਆ ਗਿਆ ਜੀ ਚਾਰਜਰ, ਅਤੇ ਆ ਲਿੱਤਾ ਸੀ ਆਪਾਂ ਟਰਾਈਪੋਡ ਕਰੋਲਬਾਗ ਤੋਂ, ਅਤੇ ਉਹਦੇ ਬਾਅਦ ਨਿਕਲੇਗੀ ਹੁਣ ਆਪਣੀ ਆ ਕਿਹੜੀ ਆ ਗਈ, ਆਹ ਲਾਈਟ ਆ ਗਈ ਹੈ ਜੀ, ਦੇਖੋ ਜੀ ਜਿਹੜੀ ਆਪਾਂ ਨਾ ਦਿਖਾਈ ਸੀ ਲਾਈਟ, ਅਤੇ ਇੱਕ ਲਿੱਤੀ ਹੈ ਜੈਕਟ ਆਪਾਂ, ਅਤੇ ਹੁਣ ਪ੍ਰਤਾਪ ਸਾਨੂੰ ਕਰ ਰਹੀ ਹੈ ਪਰੇਸ਼ਾਨ। ਬਹਿ ਜਾ, ਹੈਂਡਲ ਸਿੱਧਾ ਕਰ, ਚੱਲ ਬਹਿ ਜਾ ਬਹਿ ਜਾ, ਮੰਮੀ ਨੂੰ ਦਿਖਾ ਦੇ ਚਲਾ ਕੇ ਕਿੱਦਾਂ ਸਿੱਖ ਕੇ ਆਈ ਹੈ, ਚੱਲ ਅੰਦਰ। ਚੱਲ ਲੈ ਜਾ, ਹਾਂ ਮਾਰ, ਸ਼ਾਬਾਸ਼ 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 ਸ਼ਾਬਾਸ਼, ਲੈ ਜਾ ਲੈ ਜਾ ਲੈ ਜਾ ਲੈ ਜਾ, ਹਾਂਜੀ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਆ ਜਾਓ, ਬਾਈ ਪਸੀਨੋ ਪਸੀਨ ਹੋ ਗਿਆ, ਆਹ ਟੀ ਸ਼ਰਟ ਚੈੱਕ ਕਰੋ, ਗਿੱਲੇ ਹੋਇਆ ਪਿਆ ਗਿੱਲਾ ਹੋਇਆ ਪਿਆ, ਪ੍ਰਤਾਪ ਪਹਿਲੇ ਤਾਂ ਲੈ ਗਈ ਸਾਨੂੰ ਥੱਲੇ, ਫਿਰ ਲਿਆਈ ਉੱਪਰ, ਸਾਈਕਲ ਥੱਲੇ ਲੈ ਕੇ ਗਿਆ ਦੂਜੇ ਫਲੋਰ ਤੋਂ, ਫਿਰ ਉੱਪਰ ਲੈ ਕੇ ਆਇਆ, ਅਤੇ ਬਸ ਇਹੀਓ ਚੱਲਦਾ ਰਿਹਾ ਆਪਣਾ, ਤੇ ਹੁਣ ਆ ਗਿਆ ਘਰ, ਅਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ, ਅੱਜ ਕਰਾਂਗੇ ਆਰਾਮ, ਕਿਉਂਕਿ ਅੱਜ ਗਰਮੀ ਵਿੱਚ ਧੁੱਪ ਵਿੱਚ ਪਹਿਲੇ ਕਰੋਲਬਾਗ ਗਏ, ਫਿਰ ਚਾਂਦਨੀ ਚੌਕ ਗਏ ਆਪਾਂ ਕਿਸੇ ਕੰਮ ਨਾਲ, ਫਿਰ ਉਹਦੇ ਬਾਅਦ ਘਰ ਆਏ ਹਾਂ, ਅਤੇ ਥੱਕ ਥਕਾ ਗਏ ਹਾਂ, ਫਿਰ ਆ ਕੇ ਪ੍ਰਤਾਪ ਨੇ ਥਕਾ ਦਿੱਤਾ, ਸਾਈਕਲ ਚਲਾ ਰਹੀ ਹੈ ਹਾਲੇ ਵੀ, ਆ ਦੇਖੋ ਹਾਲੇ ਵੀ ਸਾਈਕਲ ਚਲਾ ਰਹੀ ਹੈ, ਅਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਵਿੱਚ। ਅੱਜ ਥੋੜ੍ਹੀ ਬਹੁਤ ਆਪਾਂ ਸ਼ੋਪਿੰਗ ਕਰਕੇ ਆਏ ਸੀਗੇ, ਸ਼ੋਪਿੰਗ ਕਿਸ ਲਈ ਕੀਤੀ ਹੈ, ਕੁਝ ਸੋਚ ਰਹੇ ਸੀਗੇ ਕਿਤੇ ਘੁੰਮਣ ਫਿਰਨ ਜਾਣ ਦਾ ਦੁਆਰਾ, ਅਤੇ ਉਹਦੇ ਵਾਸਤੇ ਕੁਝ ਸਮਾਨ ਚਾਹੀਦਾ ਸੀਗਾ ਮੈਨੂੰ, ਉਹਦੇ ਕਰਕੇ ਆਪਾਂ ਸ਼ੋਪਿੰਗ ਕਰਕੇ ਆਏ ਹਾਂ, ਅਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ। ਅੱਜ ਦੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਣਾ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹਿਣਾ, ਇੱਦਾਂ ਹੀ ਤੁਹਾਨੂੰ ਡੇਲੀ ਵਲੌਗ 'ਚ ਆਪਾਂ ਕੁਛ ਨਾ ਕੁਛ ਇੰਜੋਏ ਕਰਾਉਂਦੇ ਰਹਾਂਗੇ।
ਹਾਸੇ ਖੇਡੇ ਚੱਲਦੇ ਰਹਿਣਗੇ, ਇੱਦਾਂ ਹੀ ਮਿਲਾਂਗੇ ਨੈਕਸਟ ਵੀਡੀਓ ਵਿੱਚ। ਓਕੇ ਫਿਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।